ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਦਿੱਲੀ ਵਿੱਚ ਸੰਸਦ ਮਾਰਗ ਦੇ ਡੀਸੀਪੀ ਅਤੇ ਨਾਰਥ ਐਵਨਿਊ ਥਾਣੇ ਦੇ ਐਸਐਚਓ ਦੇ ਨਾਲ ਮਿਲ ਕੇ ਸਿੱਖ ਇਤਿਹਾਸਕਾਰ ਅਤੇ ਉੱਘੇ ਲੇਖਕ ਡਾ. ਹਰਜਿੰਦਰ ਸਿੰਘ ਦਿਲਗੀਰ ਦੀਆਂ ਕਿਤਾਬਾਂ ਅਤੇ ਉਹਨਾਂ ਦੀਆਂ ਵੀਡੀਓ ਸੰਬੰਧੀ ਇਤਰਾਜ਼ ਪੇਸ਼ ਕਰਦਿਆਂ ਉਹਨਾਂ ਦੇ ਖਿਲਾਫ਼ ਧਾਰਾਵਾਂ 295, 297, 297, 498, 400, 501, 502, 503 ਤਹਿਤ ਮੁਕੱਦਮਾ ਦਰਜ ਕਰਕੇ ਡਾ. ਦਿਲਗੀਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਧਰ ਇਸ ਸਬੰਧੀ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਕਾਲਕਾ ਅਤੇ ਉਹਨਾਂ ਦੇ ਕਾਨੂੰਨੀ ਸਲਾਹਕਾਰ ਦੀ ਇਹ ਹਰਕਤ ਤੇ ਉਹਨਾਂ ਨੂੰ ਹਾਸਾ ਆਉਂਦਾ ਹੈ ਅਤੇ ਜਿਨ੍ਹਾਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਉਸ ਨੂੰ ਵੀ ਡਾ. ਦਿਲਗੀਰ ਨੇ ਹਾਸੋਹੀਣੀ ਗੱਲ ਦੱਸਿਆ ਹੈ। ਉਹਨਾਂ ਦੱਸਿਆ ਹੈ ਕਿ ਇਹ ਧਾਰਾਵਾਂ ਉਹਨਾਂ ਦੇ ਲਗਾਈਆਂ ਜਾਂਦੀਆਂ ਹਨ ਜੋ ਭਾਰਤ ਵਿੱਚ ਹਨ ਅਤੇ ਜਿਨ੍ਹਾਂ ਭਾਰਤੀਆਂ ਜਾਂ ਫਿਰ ਵਿਦੇਸ਼ੀ ਲੋਕਾਂ ਨੇ ਭਾਰਤ ਵਿੱਚ ਕੋਈ ਅਜਿਹੀ ਹਰਕਤ ਕੀਤੀ ਹੋਵੇ ਜਾਂ ਬਿਆਨ ਦਿੱਤਾ ਹੋਵੇ ਜੋ ਇਹਨਾਂ ਧਾਰਾਵਾਂ ਮੁਤਾਬਕ ਜ਼ੁਰ ਬਣਦਾ ਹੈ। ਜੇ ਕਿਸੇ ਵਿਦੇਸ਼ੀ ਸ਼ਹਿਰੀ ਨੇ ਵਿਦੇਸ਼ ਵਿੱਚ ਕੋਈ ਲਿਖਤ ਜਾਂ ਵੀਡੀਓ ਜਾਰੀ ਕੀਤੀ ਹੈ ਤਾਂ ਉਹ ਇਸ ਕਾਨੂੰਨ ਦੀ ਜਦ ਵਿੱਚ ਬਲਕਿ ਇੱਕ ਅਖਬਾਰ ਵਿੱਚ ਖਬਰ ਛਪੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਦੇ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਨਾਲ ਹੀ ਜਸਵਿੰਦਰ ਸਿੰਘ ਜੌਲੀ ਜਿਹੜਾ ਕਾਨੂੰਨੀ ਸਲਾਹਕਾਰ ਹੈ ਉਹਨਾਂ ਦਾ ਅਤੇ ਪਰਮਿੰਦਰਪਾਲ ਸਿੰਘ ਜੋ ਬੁਲਾਰਾ ਹੈ ਉਹਨਾਂ ਨਾਲ ਰਲ ਕੇ ਉਸਨੇ DCP ਸੰਸਦ ਮਾਰਗ ਅਤੇ SHO ਜਿਹੜਾ ਨੌਰਥ ਐਵਨਿਊ ਜਾਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਕੋਈ ਦਰਖਾਸਤ ਦਿੱਤੀ ਹੈ ਜਾਂ ਦੇਣੀ ਹੈ ਜਾਂ ਗੱਲ ਕੀਤੀ ਹੈ ਜਾਂ ਥਾਣੇ 'ਚ FIR ਦਰਜ ਕਰਾਉਣੀ ਹੈ ਔਰ ਉਹਦੇ 'ਤੇ ਧਾਰਾਵਾਂ ਕਿਹੜੀਆਂ ਲਾ ਰਹੇ ਆ 295, 297, 298, 295 ਇਹ ਵੀ 499, 500 ਅਤੇ 501, 502, 503 ਇਹ ਧਾਰਾਵਾਂ ਲਾਰੀਆਂ ਜਾ ਰਹੀਆਂ ਵੀ ਧਰਮ ਦੇ ਨਾਂ 'ਤੇ ਧਰਮ ਦੇ ਲੋਕਾਂ ਵਿੱਚ ਜਿਹੜਾ ਉਹ ਡਿਫਰੈਂਸਿਸ ਪੈਦਾ ਕੀਤੇ ਜਾ ਰਹੇ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਇਤਿਹਾਸ ਜਿਹੜਾ ਉਹਦੇ 'ਚ ਜਿਹੜੇ ਭੁਲੇਖੇ ਪਾਏ ਜਾ ਰਹੇ ਨੇ ਜਾਂ ਗਲਤ ਬਿਆਨੀ ਕੀਤੀ ਜਾ ਰਹੀ ਹੈ ਮਰਿਆਦਾ ਦੇ ਬਾਰੇ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਮੈਨੂੰ ਹਾਸਾ ਵੀ ਆਇਆ ਅਤੇ ਤਰਸ ਵੀ ਆਇਆ ਕਿ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹੋ ਜਿਹੇ ਕਾਨੂੰਨੀ ਸਲਾਹਕਾਰ ਨੇ ਜਿਸ ਤਰ੍ਹਾਂ ਜੌਲੀ ਹੋਰਾਂ ਵਰਗੇ ਅਤੇ ਮੈਂ ਦਾਅਵੇ ਨਾ ਕਹਿ ਸਕਦਾ ਵੀ ਸਾਰੇ ਦੇ ਸਾਰੇ ਮੁਕੱਦਮੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਰ ਜਾਇਆ ਕਰੇਗੀ ਇਹ ਜਿਹੜੀਆਂ ਧਾਰਾਵਾਂ 295 ਅਤੇ 500, 501, 502, 503 ਲਾ ਰਹੇ ਨੇ ਇਹ ਉਹਨਾਂ 'ਤੇ ਲੱਗਦੀਆਂ ਨੇ ਉਹਨਾਂ ਗੱਲਾਂ 'ਤੇ ਲੱਗਦੀਆਂ ਨੇ ਜਿਹੜੇ ਭਾਰਤ ਦੀ ਧਰਤੀ ਦੇ ਉੱਤੇ ਜਿਹੜੇ ਆ ਕਿਸੇ ਨੇ ਕੋਈ ਇਹਨਾਂ ਨਾਲ ਸੰਬੰਧਿਤ ਜੁਰਮ ਕੀਤਾ ਹੋਵੇ ਇਹ ਧਾਰਾਵਾਂ ਉਸ 'ਤੇ ਨਹੀਂ ਲੱਗਦੀਆਂ ਜਿਹੜਾ ਭਾਰਤ ਦਾ ਸ਼ਹਿਰੀ ਨਹੀਂ ਹੈ ਔਰ ਉਸ ਨੇ ਜੋ ਕੁਛ ਕਿਹਾ ਹੈ ਉਹ ਭਾਰਤ ਦੀ ਧਰਤੀ ਤੋਂ ਬਾਹਰ ਕਿਹਾ ਹੋਇਆ ਖੈਰ ਕਾਨੂੰਨ ਦੀਆਂ ਗੱਲਾਂ ਨੇ ਜੇ ਕਾਨੂੰਨ ਨੂੰ ਸਮਝਣ ਵਾਲੇ ਕਾਨੂੰਨੀ ਸਲਾਹਕਾਰ ਇਹ ਗੱਲਾਂ ਨਹੀਂ ਸਮਝਦੇ ਅਤੇ ਮੈਂ ਸਮਝਣਾ ਫਿਰ ਇਹਨਾਂ ਦੇ ਉੱਤੇ ਮੈਨੂੰ ਤਰਸ ਹੀ ਕਰਨਾ ਚਾਹੀਦਾ ਫਿਰ ਦੂਸਰੀ ਗੱਲ ਵੀ ਮੰਨ ਲਵੋ ਜੇਕਰ ਇਹ ਸੱਚੀ ਮੁੱਚੀ ਕਾਨੂੰਨ ਦੀ ਜ਼ਦ ਵਿੱਚ ਆਉਂਦੀ ਹੈ ਗੱਲ ਅਤੇ ਇਹਦਾ ਮਤਲਬ ਹੈ ਵੀ ਘੱਟ ਤੋਂ ਘੱਟ 1,00,000 FIR ਜਿਹੜੀ ਹੈ ਹਰ ਮਹੀਨੇ ਦਰਜ ਕੀਤੀ ਜਾ ਸਕਦੀ ਹੈ ਦੁਨੀਆ ਭਰ ਦੇ ਮੁਲਕਾਂ ਵਿੱਚ ਬਹੁਤ ਸਾਰੇ ਲੋਕ ਬੈਠੇ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਯੂਟਿਊਬ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਿਹੜੀਆਂ ਕਿ ਤੁਹਾਡੇ ਵਿਚਾਰਾਂ ਤੋਂ ਅਲੱਗ ਨੇ ਜਾਂ ਤੁਹਾਨੂੰ ਸਿਖਾਉਂਦੀਆਂ ਨਹੀਂ ਅਤੇ ਤੁਹਾਡੇ ਹਿਸਾਬ ਵਿੱਚ ਉਹ ਜਿਹੜੀਆਂ ਨੇ ਉਹ ਇਸ ਕਾਨੂੰਨ ਦੀ ਜ਼ਦ ਵਿੱਚ ਆ ਜਾਂਦੀਆਂ ਨੇ ਤੋ ਇਹਦਾ ਮਤਲਬ ਇਹ ਵੀ ਕੱਲ੍ਹ ਨੂੰ ਤੁਸੀਂ ਟਰੰਪ ਦੇ ਉੱਤੇ ਵੀ ਦੁਨੀਆ ਭਰ ਦੇ ਹੋਰ ਆਗੂਆਂ ਦੇ ਉੱਤੇ ਵੀ ਲੇਖਕਾਂ ਦੇ ਉੱਤੇ ਵੀ ਸਾਰਿਆਂ ਦੇ ਉੱਤੇ ਜਿਹੜਾ FIR ਦਰਜ ਕਰਾਈ ਜਾ ਸਕਦੀ ਹੈ ਜਿਹੜੀ ਕਿ ਇੱਕ ਬੇਹੁਦਾ ਸੋਚਣ ਵਾਲੀ ਗੱਲ ਹੈ ਤੁਸੀਂ ਦੂਜੇ ਮੁਲਕ 'ਚ ਦੂਜੇ ਸ਼ਹਿਰੀਆਂ ਵੱਲੋਂ ਜਾ ਕੇ ਕੀਤੀਆਂ ਗਈਆਂ ਗੱਲਾਂ ਨੂੰ ਆਪਣੇ ਮੁਲਕ 'ਚ ਜਿਹੜਾ ਉਹ FIR ਦਾ ਜਿਹੜਾ ਮੌਜੂ ਬਣਾ ਸਕਦੇ ਹੋ ਇਸ ਤੋਂ ਸਿਵਾ ਹਾਸਿਆਂ ਦੀ ਗੱਲ ਮੈਂ ਤਾਂ ਹੀ ਕਹਿ ਰਿਹਾ ਵੀ ਇਹ ਜਿਹੜੀਆਂ ਗੱਲਾਂ ਨੇ ਵੀ ਕੱਲ੍ਹ ਨੂੰ ਤੁਸੀਂ ਦਿਲਗੀਰ ਦੇ ਉੱਤੇ ਵੀ ਇਸ ਤਰ੍ਹਾਂ ਦੀ ਕੋਈ FIR ਦਰਜ ਕਰਾਉਣੀ ਚਾਹੋ ਅਤੇ ਉਹ ਵੀ ਜਿਹੜੀ ਹੈ ਨਹੀਂ ਹੋ ਸਕਦੀ ਕਿਉਂਕਿ ਉਹ ਹਿੰਦੁਸਤਾਨ ਦਾ ਸ਼ਹਿਰੀ ਨਹੀਂ ਹੈ ਅਤੇ ਨਾ ਹੀ ਉਸਨੇ ਕੋਈ ਐਸੀ ਗੱਲ ਕਹੀ ਹਿੰਦੁਸਤਾਨ 'ਚ ਜਿਸ ਨੂੰ ਤੁਸੀਂ ਜਿਹੜਾ ਉਹ ਕਾਨੂੰਨ ਦੀ ਜ਼ਦ ਵਿੱਚ ਲਿਆ ਸਕੋ ਮੈਨੂੰ ਲੱਗਦਾ ਮੈਨੂੰ ਜਿਹੜਾ ਇਹ ਡਰਾਵਾ ਦੇ ਰਹੇ ਨੇ ਉਹਦਾ ਮਤਲਬ ਇਹ ਹੈ ਕਿ ਮੈਂ ਜਿਹੜਾ ਪੁਜਾਰੀਆਂ ਦੇ ਖਿਲਾਫ਼ ਜਿਹੜਾ ਕੇਸ ਕੀਤਾ ਹੋਇਆ ਹਾਈ ਕੋਰਟ 'ਚ ਉਸ ਕੇਸ ਨੂੰ ਵਾਪਸ ਲੈ ਲਵਾਂ ਇਹਨਾਂ ਨੂੰ ਇਹ ਮਨ 'ਚੋਂ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਮੈਂ ਬਾਦਲ ਮਾਫੀਆ ਤੋਂ ਡਰਦਾ ਨਹੀਂ ਨਾ ਪੁਜਾਰੀ ਮਾਫੀਆ ਤੋਂ ਡਰਦਾ ਇਹ ਜਿਹੜੇ ਲੋਕ ਨੇ ਇਹ ਉਹਨਾਂ ਲੋਕਾਂ ਨੂੰ ਡਰਾ ਸਕਦੇ ਆ ਜਿਨ੍ਹਾਂ ਨੂੰ ਕਾਨੂੰਨ ਦਾ ਨਹੀਂ ਪਤਾ ਜਾਂ ਜਿਹੜੇ ਕਿ ਥੋੜ੍ਹੇ ਜਿਗਰੇ ਵਾਲੇ ਲੋਕ ਨੇ ਸੋ ਇਹ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਹਾਈ ਕੋਰਟ ਵਿੱਚ ਕੀਤਾ ਗਿਆ ਕੇਸ ਜਿਹੜਾ ਉਹ ਕਾਨੂੰਨੀ ਕੇਸ ਹੈ ਭਾਰਤ ਦੇ ਵਿਧਾਨ ਦੀ ਉਲੰਘਣਾ ਦੇ ਖਿਲਾਫ਼ ਜੋ ਇਹਨਾਂ ਦੀ ਹਰਕਤਾਂ ਨੇ ਗੁਰਦੁਆਰਾ ਐਕਟ ਦੀ ਉਲੰਘਣਾ ਦੇ ਖਿਲਾਫ਼ ਜੋ ਹਰਕਤਾਂ ਨੇ ਜੋ ਇਹਨਾਂ ਦੀ ਪ੍ਰਬੰਧ ਸਕੀਮ ਦੇ ਉਲਟ ਕੀਤੀਆਂ ਗੱਲਾਂ ਉਹਨਾਂ ਦੇ
ਸਮਾਧ ਵਿੱਚ ਕੇਸ ਹੈ ਔਰ ਇਹ ਕੇਸ ਤੋਂ ਉਦੋਂ ਤੱਕ ਚੱਲੇਗਾ ਜਦੋਂ ਤਦ ਤੱਕ ਇਸਦਾ ਫੈਸਲਾ ਨਹੀਂ ਹੋ ਸਕਦਾ। ਉਹ ਕੇਸ ਦਾ ਫੈਸਲਾ ਤਾਂ ਯਕੀਨਨ ਹੀ ਹੈ ਵੀ ਇਹ ਜਿਹੜਾ ਇਹਨਾਂ ਨੇ ਕਾਨੂੰਨ ਤੋੜਿਆ ਅਤੇ ਇਹਨਾਂ ਦੇ ਖਿਲਾਫ ਹੀ ਜਾਣਾ, ਵਰਨਾ ਵੈਸੇ ਤਾਂ ਇਸ ਤੋਂ ਅੱਗੇ ਸੁਪਰੀਮ ਕੋਰਟ ਵੀ ਪਈ ਹੈ, ਇਹ ਵੀ ਜਾ ਸਕਦੇ ਨੇ, ਮੈਂ ਵੀ ਜਾ ਸਕਦਾ ਜ਼ਰੂਰਤ ਪੈਣ 'ਤੇ, ਪਰ ਇੱਕ ਖਿਆਲ ਰੱਖ ਲੈਣ, ਇਹ ਮਨ ਵਿੱਚੋਂ ਭਰਮ ਕੱਢ ਦੇਣ ਕਿ ਜਿਹੜਾ ਇਹ ਕੇਸ ਵਾਪਿਸ ਹੋ ਸਕਦਾ ਹੈ। ਇੱਕ ਕੇਸ ਇਹ ਨਹੀਂ ਹੈ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੇਸ ਜਿਹੜੇ ਹੈ ਉਹ ਆਉਣਗੇ ਜਿਹਦੇ ਵਿੱਚ ਜਿਹੜਾ ਪੁਜਾਰੀ ਮਾਫੀਆ ਵੱਲੋਂ ਕੀਤੀ ਜਾ ਰਹੀ ਕਾਨੂੰਨ ਦੀ ਉਲੰਘਣਾ ਹੈ। ਅਸੀਂ ਹੋਰ ਕੁਛ ਨਹੀਂ ਕਹਿੰਦੇ, ਤੁਸੀਂ ਘੱਟੋ ਘੱਟ ਕਾਨੂੰਨ ਦੀ ਉਲੰਘਣਾ ਨਾ ਕਰੋ, ਜਿਹੜਾ ਜਸਟਿਸ ਇਕੁਇਟੀ ਗੁੱਡ ਕੰਸਾਈਸ ਹੈ ਉਸ ਦੇ ਉੱਤੇ ਅਮਲ ਕਰੋ, ਜਿਹੜਾ ਹਿਊਮਨ ਰਾਈਟਸ ਨੇ ਉਹਨਾਂ ਦੇ ਉੱਤੇ ਅਟੈਕ ਨਾ ਕਰੋ, ਜਿਹੜਾ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ ਉਸ ਦੇ ਖਿਲਾਫ ਕੰਮ ਨਾ ਕਰੋ। ਇੱਕ ਮੈਨੂੰ ਇਹ ਹੋਰ ਵੀ ਹਾਸੇ ਵਾਲੀ ਗੱਲ ਆਉਂਦੀ ਹੈ, ਇਹਨਾਂ ਵਿੱਚੋਂ ਇੱਕ ਨੇ ਅਮੈਰੀਕਾ ਵਿੱਚੋਂ ਇਹ ਕਿਹਾ ਵੀ ਜਿਹੜਾ ਗੁਰੂਆਂ ਦੇ ਇਤਿਹਾਸ ਦੇ ਖਿਲਾਫ ਇਸ ਨੇ ਕੋਈ, ਮੈਂ ਇੱਕੋ ਗੱਲ ਪੁੱਛਣੀ ਚਾਹਾਂ, ਇਹ ਨਾਂ ਵਿੱਚੋਂ ਜਿਹੜਾ ਵੀ ਬੰਦਾ ਕਹਿੰਦਾ ਮੇਰਾ ਇੱਕ ਚੈਲੇਂਜ ਹੈ, ਮੇਰੀਆਂ ਸਾਰੀਆਂ ਕਿਤਾਬਾਂ ਵਿੱਚੋਂ ਕੋਈ ਸਫ਼ਾ ਕੋਟ ਕਰਕੇ, ਇਹਨਾਂ ਵਿੱਚੋਂ ਕਿਸੇ ਨੇ ਕਿਤਾਬ ਪੜ੍ਹੀ ਕੋਈ ਨਹੀਂ, ਕੋਈ ਵੀ ਕਿਤਾਬ ਨਹੀਂ ਪੜ੍ਹੀ ਹੈ, ਜੇ ਇਹਨਾਂ ਨੇ ਕਿਤਾਬ ਪੜ੍ਹੀ ਹੈ ਤਾਂ ਮੇਰਾ ਚੈਲੇਂਜ ਹੈ ਕਿ ਕੋਈ ਸਫ਼ਾ ਕੋਈ ਲਾਈਨ ਦੱਸ ਦੇਣ ਜਿਹਦੇ ਵਿੱਚ ਜਿਹੜਾ ਇਤਿਹਾਸ ਨੂੰ ਵਿਗਾੜਿਆ ਗਿਆ ਹੋਵੇ, ਜਿਹਦੇ ਵਿੱਚ ਇਤਿਹਾਸ ਦੇ ਪੁਰਾਣੇ ਸੂਮਿਆਂ ਦੇ ਵਿੱਚੋਂ ਹਵਾਲੇ ਨਾ ਦਿੱਤੇ ਗਏ ਹੋਣ। ਜੇ ਕੋਈ ਗੱਲ ਕਹੀਏ ਤਾਂ ਹਵਾਲਿਆਂ ਦੇ ਹਿਸਾਬ ਨਾਲ ਕਹੀ ਹੈ, ਔਰ ਆਪਣੇ ਵੱਲੋਂ ਜੋ ਗੱਲ ਕਹੀ ਹੈ ਉਹਦੇ ਵਿੱਚੋਂ ਇੱਕ ਵੀ ਫਿਕਰਾ ਤੱਕ ਹੀ ਇੱਕ ਵੀ ਲਫ਼ਜ਼ ਦਿਖਾ ਦੇਣ ਜਿਹੜਾ ਕਿ ਸਿੱਖ ਹਿਸਟਰੀ ਨੂੰ ਵਿਗਾੜਦਾ ਹੋਵੇ, ਸਿੱਖ ਫਿਲੋਸਫੀ ਨੂੰ ਵਿਗਾੜਦਾ ਹੋਵੇ। ਅਲੱਗ ਅਲੱਗ ਵਿਚਾਰ ਹੋ ਸਕਦੇ ਨੇ, ਸੋਮੇ ਤੁਸੀਂ ਅਲੱਗ ਅਲੱਗ ਵਰਤ ਸਕਦੇ ਹੋ, ਕਿਸੇ ਨੇ ਪੁਰਾਣੇ ਸੋਮੇ ਲਏ, ਕਿਸੇ ਨੇ ਨਵੇਂ ਸੋਮੇ ਲਏ। ਅਸੀਂ ਜਿਹੜਾ, ਕਿਉਂਕਿ ਮੈਂ ਖੁਦ ਵੀ ਪਹਿਲਾਂ ਜਿਹੜਾ ਲਿਖਦਾ ਰਿਹਾ ਪੁਰਾਣੇ ਸੋਮੇ ਦੇ ਆਧਾਰ 'ਤੇ ਲਿਖਦਾ ਰਿਹਾ ਵੀ ਨਵੇਂ ਸੋਮੇ ਨਹੀਂ ਮਿਲੇ, ਨਵੇਂ ਸੋਮੇ ਜਦੋਂ ਮਿਲਣੇ ਸ਼ੁਰੂ ਹੋਏ ਆ ਤਾਂ ਮੈਂ ਉਹ ਸਾਰੀਆਂ ਲਿਖਤਾਂ ਜਿਹੜੇ ਸੁਧਾਰ ਕੀਤੀ। ਮਿਸਾਲ ਵਜੋਂ ਅਸੀਂ ਲਿਖਦੇ ਤਾਂ ਕਿ ਬੰਦਾ ਸਿੰਘ ਬਹਾਦਰ ਨੇ ਮੁਖਲਸਗੜ੍ਹ ਕਿਲ੍ਹੇ ਦੇ ਉੱਤੇ ਕਬਜ਼ਾ ਕਰਕੇ ਇਸਦੇ ਨਾਲ ਲੋਹਗੜ੍ਹ ਰੱਖ ਦਿੱਤਾ, ਜਾਂ ਮੁਖਲਸਗੜ੍ਹਪੁਰ ਵਿੱਚ ਇੱਕ ਕਿਲ੍ਹਾ ਸੀਗਾ ਉਸ 'ਤੇ ਕਬਜ਼ਾ ਕਰ ਲਿਆ। ਪਰ ਜਦੋਂ ਅਸੀਂ ਆਰਕਿਓਲੋਜੀਕਲ ਡਿਪਾਰਟਮੈਂਟ ਵਾਲਿਆਂ ਨੇ ਜੋ ਕੁਛ ਆ ਕੇ ਵੇਖਿਆ ਉਹਦੇ ਹਿਸਾਬ ਨਾਲ ਆ ਵੀ ਸਰਵੇ ਕੀਤਾ ਤਾਂ ਲੱਗਿਆ ਵੀ ਇਹ ਤਾਂ ਗਲਤ ਗੱਲ ਹੈ, ਇਹ ਕਿਲ੍ਹਾ ਐਡਾ ਛੋਟਾ ਨਹੀਂ ਸੀਗਾ ਵੀ ਜਿਹਦੇ ਉੱਤੇ ਤੁਸੀਂ 30 ਨਵੰਬਰ ਨੂੰ ਹਮਲਾ ਕਰਕੇ 1710 ਵਿੱਚ ਅਤੇ 1 ਦਸੰਬਰ ਨੂੰ ਕਬਜ਼ਾ ਵੀ ਕਰ ਲਓ। ਇਹ ਕਿਲ੍ਹਾ ਇੱਦਾਂ ਦਾ ਸੀਗਾ ਜਿਹਦੇ 'ਚ ਤੁਸੀਂ ਘੱਟੋ ਘੱਟ 15 ਦਿਨ ਤੱਕ ਆਖਰੀ ਜਿਹੜੀ ਜਿਹੜਾ ਮੋਰਚਾ ਉੱਥੇ ਤੱਕ ਪਹੁੰਚ ਵੀ ਨਹੀਂ ਸੀ ਸਕਦੇ। ਸੋ ਅਸੀਂ ਉਹ ਗਲਤੀਆਂ ਸੁਧਾਰ ਲਈਆਂ। ਅਸੀਂ ਸਾਰੇ ਕਹਿੰਦੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਉਹਨਾਂ ਦੀ ਵੱਡੀ ਭੈਣ ਜਿਹੜੀ ਹੈ ਬੀਬੀ ਰੂਪ ਕੌਰ ਅਤੇ ਉਹਨਾਂ ਦੇ ਭਰਾ ਵੱਡੇ ਰਾਮ ਰਾਏ ਦਾ ਜਨਮ ਕੀਰਤਪੁਰ ਵਿੱਚ ਹੋਇਆ। ਪਰ ਜਦੋਂ ਅਸੀਂ ਇਤਿਹਾਸਿਕ ਸੋਮੇ ਦੇਖੇ ਜਿਹੜੇ ਆ ਜਿਹੜੇ ਪਹਿਲਾਂ ਅਸੀਂ ਨਹੀਂ ਸੀ ਵੇਖੇ ਹੋਏ, ਅਸੀਂ ਵੀ ਕੀਰਤਪੁਰ ਕੇ ਜਾ ਰਹੇ ਸਨ, ਜਦੋਂ ਸੋਮੇ ਦੇਖੇ ਤਾਂ ਅਸੀਂ ਦੇਖਿਆ ਵੀ ਉਹ ਤਾਂ ਗੁਰੂ ਹਰਰਾਏ ਸਾਹਿਬ ਥਾਪੜ ਪਿੰਡ 'ਚ ਜਿਹੜਾ 12-13 ਸਾਲ ਦਾ ਸਨ, ਅਤੇ ਥਾਪੜ ਪਿੰਡ ਜਿਹੜਾ ਉਦੋਂ ਦੀ ਜਿਹੜੀ ਹੈ ਨਾਹਨ ਸਿਰਮੌਰ ਰਿਆਸਤ ਦਾ ਹਿੱਸਾ ਸੀਗਾ, ਜਿਹੜਾ ਉਹ ਪਿੰਡ ਇਸ ਵੇਲੇ ਹਰਿਆਣੇ ਦਾ ਹਿੱਸਾ ਹੈ, ਅਤੇ ਉੱਥੇ ਰਹੇ ਸਨ। ਅਤੇ ਜਦੋਂ ਅਸੀਂ ਇਹ ਸਾਰਾ ਕੁਝ ਦੇਖਿਆ, ਅਨੈਲਿਸਿਸ ਕੀਤਾ ਅਤੇ ਪਤਾ ਲੱਗਿਆ ਵੀ ਅਸੀਂ ਗਲਤ ਲਿਖਦੇ ਆਏ ਹਾਂ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਰਥ ਜਿਹੜਾ ਇੱਥੇ ਹੋਇਆ ਸੀ। ਇਸੇ ਤਰ੍ਹਾਂ ਹੋਰ ਕਈ ਭੁਲੇਖ ਨੇ, ਦਸਮ ਗ੍ਰੰਥ ਬਾਰੇ ਭੁਲੇਖ ਹੈ, ਅਸੀਂ ਸਾਰੇ ਕਹਿੰਦੇ ਰਹੇ ਗੁਰੂ ਸਾਹਿਬ ਦੀ ਰਚਨਾ ਹੈ, ਪਰ ਜਦੋਂ ਇਸ ਨੂੰ ਪੜ੍ਹਿਆ ਤਾਂ ਉਦੋਂ ਮਹਿਸੂਸ ਕੀਤਾ ਵੀ ਅਸੀਂ ਸਾਨੂੰ ਗਲਤ ਫਹਿਮੀ ਵਿੱਚ ਪਾਇਆ ਜਾ ਰਿਹਾ ਸੀਗਾ, ਅਤੇ ਅਸੀਂ ਚੁੱਪ ਕਰਕੇ, ਕਿਉਂਕਿ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬਾਂ 'ਚ ਆ ਗਈ ਜਾਂ ਕਿਸੇ ਹੋਰ ਦੀ ਕਿਤਾਬ 'ਚ ਆ ਗਿਆ, ਅਤੇ ਅਸੀਂ ਮੰਨ ਲਿਆ ਵੀ ਗੁਰੂ ਸਾਹਿਬ ਦੀ ਲਿਖਤ ਹੈ। ਪਰ ਜਦੋਂ ਵੇਖਿਆ ਤਾਂ ਲੱਗਿਆ ਵੀ ਇਹ ਤਾਂ ਗੁਰੂ ਸਾਹਿਬ ਇਸ ਤਰ੍ਹਾਂ ਦੀ ਹਰਕਤ ਕਰ ਹੀ ਨਹੀਂ ਸਕਦੇ, ਇਹੋ ਜਿਹਾ ਜਿਹੜਾ ਅਸ਼ਲੀਲ ਰਚਨਾਵਾਂ ਜਾਂ ਇਹੋ ਜਿਹੀਆਂ ਜਿਹੜੀਆਂ ਇਤਿਹਾਸਿਕ ਤੌਰ 'ਤੇ ਝੂਠੀਆਂ ਰਚਨਾਵਾਂ ਨੇ, ਮਿਥਾਸ ਭਰਿਆ ਜਾਂ ਟ੍ਰਾਂਸਲੇਸ਼ਨਾਂ ਨੇ, ਇਹ ਗੁਰੂ ਸਾਹਿਬ ਦੀਆਂ ਨਹੀਂ ਹੋ ਸਕਦੀਆਂ, ਤਾਂ ਅਸੀਂ ਇਹਨੂੰ ਸੁਧਾਰ ਕਰ ਦਿੱਤਾ। ਸੋ ਜਿਹੜਾ ਬੰਦਾ ਬੁੱਧੀਮਾਨ ਹੈ, ਵਿਦਵਾਨ ਹੈ, ਅਕਲ ਵਾਲਾ ਹੈ, ਜਿਹਦੇ ਸਿਰ ਵਿੱਚ ਦਿਮਾਗ ਹੈ, ਉਹ ਜਿਹੜਾ ਅਨੈਲਿਸਿਸ ਕਰਦਾ, ਨਿਖੇੜਦਾ ਹੈ, ਖੋਜ ਕਰਦਾ ਹੈ, ਅਤੇ ਜਿਹੜੀ ਉਸਨੇ ਪਹਿਲਾਂ ਗਲਤ ਚੀਜ਼ ਵੇਖੀ ਪੜ੍ਹੀ ਆਖੀ ਹੋਵੇ ਉਸ ਨੂੰ ਸੋਧ ਦਿੰਦਾ। ਅਤੇ ਜਿਹੜੇ ਮੂਰਖ ਲੋਕ ਨੇ ਉਹ ਕਹਿੰਦੇ ਵੀ ਪੁਰਾਤਨ ਇਤਿਹਾਸ ਦਾ ਪੁਰਾਤਨ ਲਿਖਤਾਂ ਨੇ, ਬਸ ਉਸ ਤੋਂ ਬਾਅਦ ਅੱਗੇ ਜਾਣ ਦੀ ਲੋੜ ਨਹੀਂ, ਸੋਚਣ ਦੀ ਲੋੜ ਨਹੀਂ, ਜਿਹੜਾ ਇੱਥੇ ਆ ਕੇ ਦਿਮਾਗ ਬਲੌਕ ਕਰ ਦਿੱਤਾ ਜਾਵੇ ਅਤੇ ਇਸ ਨੂੰ ਜਿਹੜਾ ਸਲੇਟ ਨੂੰ ਸਟੋਪ ਕਰ ਦਿੱਤਾ ਜਾਵੇ। ਤੋ ਸੂਝ ਵਾਲਾ ਬੰਦਾ ਜਿਹੜਾ ਉਹ ਖੋਜੀ ਹੁੰਦਾ ਹੈ, ਅਤੇ ਆਪਾਂ ਜਿੱਦਾਂ ਕਹਿੰਦੇ ਹਾਂ ਖੋਜੀ ਉਪਜੇ ਬਾਦੀ ਬਿਨਸੇ, ਜਿਹੜਾ ਖੋਜੀ ਹੈ ਉਹ ਹਮੇਸ਼ਾ ਹੀ ਅੱਗੇ ਜਾਂਦਾ ਹੈ ਔਰ ਨਵੀਂ ਤੋਂ ਨਵੀਂ ਚੀਜ਼ ਲਿਆਉਂਦਾ ਹੈ, ਚਾਨਣ ਹੁੰਦਾ ਹੈ, ਚਾਨਣ ਉਸਨੂੰ ਹੁੰਦਾ ਹੈ, ਚਾਨਣ ਅੱਗੋਂ ਉਹ ਲੋਕਾਂ ਨੂੰ ਦਿੰਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਤੋ ਇਹ ਜਿਹੜਾ ਗਿਆਨ ਜਿਹੜਾ ਇਹ ਸਾਰਿਆਂ ਨੂੰ ਜਿੰਨਾ ਹਾਸਲ ਹੋਵੇ ਹਾਸਲ ਕਰਕੇ ਅੱਗੋਂ ਵੰਡਣਾ ਚਾਹੀਦਾ ਹੈ, ਅਤੇ ਤਾਂ ਜੋ ਲੋਕਾਂ ਨੂੰ ਵੀ ਜਿਹੜਾ ਇਸ ਦਾ ਫਾਇਦਾ ਹੋ ਸਕੇ। ਅਤੇ ਇੱਕ ਗੱਲ ਭਰਮ ਮਨ 'ਚੋਂ ਕੱਢ ਦੇਣਾ ਚਾਹੀਦਾ ਹੈ ਵੀ ਇਹ ਜਿਹੜੇ ਗਿਆਨਵਾਨ ਲੋਕ ਨੇ ਧਮਕੀਆਂ ਦੇ ਹੇਠਾਂ ਆ ਜਾਂਦੇ ਨੇ ਜਾਂ ਉਹਨਾਂ 'ਤੇ ਕੀਤੇ ਜਾਣ ਵਾਲੇ ਝੂਠੇ ਮੁਕੱਦਮਿਆਂ ਦੇ ਵਿੱਚ ਜਿਹੜੇ ਨੇ ਉਹ ਡਰ ਜਾਂਦੇ ਨੇ ਜਾਂ FIR-ਾਂ ਦੀਆਂ ਧਮਕੀਆਂ ਤੋਂ ਡਰ ਜਾਂਦੇ ਨੇ। ਸੋ ਇਸ 'ਤੇ ਕੋਈ ਨਹੀਂ ਡਰਦੇ। ਘੱਟੋ ਘੱਟ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜਿਹੜਾ ਉਸ 'ਤੇ ਨਹੀਂ ਸੀ ਜੰਮਿਆ ਜਿਸ 'ਤੇ ਇੱਦਾਂ ਦੀਆਂ ਧਮਕੀਆਂ ਤੋਂ ਡਰਦਾ ਹੋਵੇ, ਤਾਂ ਆਪਣਾ ਉਹ ਡਟ ਕੇ ਖੜਾ ਰਹੇਗਾ ਸਿਧਾਂਤ 'ਤੇ। ਅਤੇ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਨੇ ਮੈਂ ਉਹਨਾਂ ਨੂੰ ਚਾਹ ਨਹੀਂ ਕਰਦਾ ਮੇਰੇ ਨਾਲ ਆ ਕੇ ਚਰਚਾ ਕਰਨ, ਜਿਨ੍ਹਾਂ ਨਹੀਂ ਪੜ੍ਹਿਆ ਉਹਨਾਂ ਨੇ ਤਾਂ ਜੇਕਰ ਝੂਠ ਦੇ ਉੱਤੇ ਆਪਣੀ ਫਤਵੇ ਦੇਣੇ ਤਾਂ ਦੇ ਚੱਲਣ, ਕੋਈ ਫਰਕ ਨਹੀਂ ਪੈਂਦਾ।
ਸੋ ਇਹ ਜਿਹੜਾ ਹਾਈ ਕੋਰਟ ਵਿੱਚ ਪੁਜਾਰੀਆਂ 'ਤੇ ਕੀਤਾ ਗਿਆ ਮੁਕੱਦਮਾ ਹੈ, ਇਹ ਬਦਸਤੂਰ ਚੱਲਦਾ ਰਹੇਗਾ। ਅਤੇ ਜਿੱਥੋਂ ਤੱਕ ਇਹ ਗਿਆਨ ਦੀ ਗੱਲ ਹੈ, ਗਿਆਨ ਦੇ ਬਾਰੇ ਫਿਰ ਮੈਂ ਲੋਕਾਂ ਨੂੰ ਕਹਾਂਗਾ ਵੀ ਗਿਆਨ ਅਮੁੱਕ ਹੈ, ਜਿੰਨਾ ਤੁਹਾਨੂੰ ਮਿਲਦਾ ਜਾਏ ਹਾਸਿਲ ਕਰੋ। ਮੈਨੂੰ ਨਿਊਟਨ ਦੇ ਲਫ਼ਜ਼ ਯਾਦ ਆਉਂਦੇ ਹਨ ਕਿ ਮੈਂ ਇੱਕ ਨਿਆਣੇ ਅਣਜਾਣ ਬੱਚੇ ਦੀ ਤਰ੍ਹਾਂ ਹਾਂ ਜਿਹੜਾ ਸਮੁੰਦਰ ਦੇ ਕੰਢੇ 'ਤੇ ਬੈਠਾ ਘੋਗੇ ਸਿੱਪੀਆਂ ਇਕੱਠੀਆਂ ਕਰ ਰਿਹਾ ਹੈ। ਹੀਰੇ ਅਤੇ ਮੋਤੀ ਅਤੇ ਜਵਾਹਰਾਤ ਤਾਂ ਸਮੁੰਦਰ ਦੇ ਵਿੱਚ ਨੇ, ਸੋ ਗਿਆਨ ਜਿਹੜਾ ਹੈ ਉਹ ਜਿੰਨਾ ਤੁਸੀਂ ਅੱਗੇ ਵੱਧਦੇ ਜਾਓਗੇ, ਖੋਜ ਕਰਦੇ ਜਾਓਗੇ, ਤੁਹਾਨੂੰ ਵਧੀਆ ਤੋਂ ਵਧੀਆ ਮਿਲਦਾ ਜਾਏਗਾ। ਜੇ ਕਿਸੇ ਦੇ ਆਖੇ 'ਤੇ ਕਹਿ ਦੇਣਾ ਅਤੇ ਫਤਵੇ ਲਾਉਣੇ ਤਾਂ ਫਤਵੇ ਲਾਏ ਜਾ ਸਕਦੇ ਨੇ ਬੜੇ ਆਰਾਮ ਨਾਲ। ਤੋ ਨਿਰਭੈ ਹੋ ਕੇ, ਖਾਲਸੇ ਦਾ ਕੰਮ ਹੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਜਾਂ ਜਪਜੀ ਸਾਹਿਬ ਪੜ੍ਹਦੇ ਹੋ ਅਤੇ ਸਟਾਰਟ ਹੀ ਇੱਦਾਂ ਹੈ, ਨਿਰਭਉ ਨਿਰਵੈਰ ਨਿਰਵੈਰ ਰਹੋ, ਸੱਚ ਦੇ ਖੜੇ ਹੋ ਔਰ ਨਿਰਭਉ ਰਹੋ ਔਰ ਡਟ ਕੇ ਖੜੇ ਹੋ, ਸਿਧਾਂਤ 'ਤੇ ਖੜੇ ਹੋ, ਅਸੂਲ 'ਤੇ ਖੜੇ ਹੋ, ਅਤੇ ਤਾਂ ਹੀ ਜਿਹੜਾ ਅਕਾਲ ਪੁਰਖ ਤੁਹਾਨੂੰ ਜਿਹੜਾ ਉਹ ਤਾਕਤ ਬਖਸ਼ੇਗਾ ਔਰ ਤੁਹਾਡੀ ਲੋਕ ਪ੍ਰਲੋਕ ਵਿੱਚ ਜਿੱਤ ਹੋਵੇਗੀ। ਸ਼ੁਕਰੀਆ। ਨਹੀਂ ਆਉਂਦਾ ਇਹ ਤੱਥਹੀਣ ਮੁਕੱਦਮਾ ਦਾਇਰ ਕਰਨ ਤੇ ਡਾਕਟਰ ਦਲਗੀਰ ਨੇ ਕਮੇਟੀ ਦੇ ਕਾਨੂੰਨੀ ਸਲਾਹਕਾਰਾਂ ਦੀ ਸੋਚ ਤੇ ਵੀ ਤਰਸ ਜਤਾਇਆ ਹੈ। ਇਸ ਤੋਂ ਇਲਾਵਾ ਡਾਕਟਰ ਦਲਗੀਰ ਨੇ ਕਿਹਾ ਹੈ ਕਿ ਜਿਨ੍ਹਾਂ ਗੱਲਾਂ ਨੂੰ ਲੈ ਕੇ ਇਤਰਾਜ਼ ਜਤਾ ਰਹੇ ਨੇ ਇਹਨਾਂ ਨੇ ਹਾਲੇ ਤੱਕ ਮੇਰੀ ਇੱਕ ਵੀ ਕਿਤਾਬ ਨਹੀਂ ਪੜ੍ਹੀ ਹੋਣੀ ਅਤੇ ਇਹ ਸਿਰਫ ਆਪਣੇ ਅਕਾਵਾਂ ਦੇ ਖਿਲਾਫ ਉਹਨਾਂ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਖਲ ਕੀਤੇ ਗਏ ਕੇਸ ਨੂੰ ਵਾਪਸ ਲੈਣ ਲਈ ਮੇਰੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਮੈਂ ਇਹਨਾਂ ਅਖੌਤੀ ਧਰਮ ਦੇ ਠੇਕੇਦਾਰਾਂ ਤੋਂ ਡਰਨ ਵਾਲਾ ਨਹੀਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।